ਜਬੂਰਕਾਰ ਕਹਿੰਦੇ ਹਨ, ਆਪਣੇ ਸੇਵਕ ਦੇ ਜੀ ਨੂੰ ਆਨੰਦਿਤ ਕਰ। ਹੇ ਪ੍ਰਭੂ, ਮੈਂ ਤਾਂ ਆਪਣਾ ਜੀ ਤੇਰੇ ਵੱਲ ਲਾਉਂਦਾ ਹਾਂ। ਹੇ ਪ੍ਰਭੂ, ਤੂੰ ਆਪਣੇ ਦਾਸ ਨੂੰ ਖੁਸ਼ ਕਰ, ਕਿਉਂਕਿ ਮੈਂ ਤੇਰੇ ਅੱਗੇ ਹੀ ਆਪਣਾ ਮਨ ਖੋਲ੍ਹਦਾ ਹਾਂ। ਹੇ ਪ੍ਰਭੂ, ਤੂੰ ਦਇਆਲੂ ਅਤੇ ਕਿਰਪਾਲੂ ਖੁਦਾ ਹੈ। ਹੇ ਪ੍ਰਭੂ, ਤੂੰ ਭਲਾ ਹੈ ਅਤੇ ਮਾਫ਼ ਕਰਨ ਵਾਲਾ ਹੈ। ਤੂੰ ਆਪਣੇ ਪੁਕਾਰਨ ਵਾਲਿਆਂ ਸਭ ਉੱਤੇ ਦਇਆ ਕਰਦਾ ਹੈ। ਮੇਰੇ ਪ੍ਰਭੂ ਯੇਸੂ, ਤੁਸੀਂ ਉਹੀ ਖੁਦਾ ਹੈ ਜੋ ਆਪਣਾ ਵਫ਼ਾਦਾਰ ਲੋਕਾਂ ਦੀ ਰੱਖਿਆ ਕਰਦਾ ਹੈ। ਤੁਸੀਂ ਉਹਨਾਂ ਦੀਆਂ ਬਦੀਆਂ ਨੂੰ ਮਾਫ਼ ਕਰਦੇ ਹੋ ਅਤੇ ਉਹਨਾਂ ਨੂੰ ਦਇਆ ਨਾਲ ਵੇਖਦੇ ਹੋ। ਹੇ ਪ੍ਰਭੂ, ਅੱਜ ਮੈਨੂੰ ਦੂਜਿਆਂ ਨੂੰ ਕਿਰਪਾ ਦੀ ਨਜ਼ਰ ਨਾਲ ਵੇਖ ਕੇ ਉਹਨਾਂ ਦੀ ਬਦੀਆਂ ਨੂੰ ਮਾਫ਼ ਕਰਕੇ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।